ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਆਸਲ ਉਤਾੜ ਵਿਖੇ ਭੱਠੇ ਤੇ ਕੰਮ ਕਰਨ ਵਾਲੇ ਇੱਕ ਮਜ਼ਦੂਰ ਵੱਲੋਂ ਆਪਣੇ ਸਾਲੇ ਨੂੰ ਕੈਂਚੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਮੌਕੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹਮੇਸ਼ ਸਿੰਘ ਅਤੇ ਸੁਖਚੈਨ ਸਿੰਘ, ਜੋ ਕਿ ਆਪਸ ਵਿੱਚ ਸਾਲਾ ਭਣਵੀਆਂ ਸਨ, ਜਿਨ੍ਹਾਂ ਦੀ ਬੀਤੀ ਰਾਤ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਹਮੇਸ਼ ਰਾਜ ਨੇ ਸੁਖਚੈਨ ਸਿੰਘ ਦੇ ਸਿਰ ਵਿੱਚ ਕੈਂਚੀ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਦੋਸ਼ੀ ਹਮੇਸ਼ ਰਾਜ ਹਜੇ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਕੱਲ ਰਾਤ ਦੀ ਗੱਲ ਹੈ, ਆਪਣੇ ਹਰਮੇਸ਼ ਸਿੰਘ ਤੇ ਸੁਖਚੈਨ ਸਿੰਘ ਜਿਹੜੇ ਹੈਗੇ ਆ ਉਹ ਆਪਣੇ ਵਿੱਚ ਸਾਲਾ ਭਣਵਾਈਆ ਸੀਗਾ ਤੇ ਉਹਨਾਂ ਦੀ ਮਾਮੂਲੀ ਕਿਸੇ ਗੱਲ ਤੋਂ ਘਰੇ ਤਕਰਾਰ ਹੋ ਗਈ ਤੇ ਜਿਹੜਾ ਸੁਖਚੈਨ ਸਿੰਘ ਸੀਗਾ ਉਹਦੇ ਜਿਹੜਾ ਹਰਮੇਸ਼ ਸਿੰਘ ਨੇ ਨਾ ਤੇ ਉਹਦੇ ਕੈਂਚੀ ਮਾਰ ਕੇ ਉਹਦਾ ਕਤਲ ਕਰ ਦਿੱਤਾ। ਇਹ ਕਿਹੜੇ ਪਿੰਡ ਦੇ ਨੇ ਦੋਨੋਂ ਵਿਅਕਤੀ? ਜਿਹੜਾ ਹਰਮੇਸ਼ ਸਿੰਘ ਆ ਜੀ ਉਹ ਹੈਗਾ ਜਿਹਦੀ ਕਿ ਜਿਹਨੇ ਕਿ ਕਤਲ ਕੀਤਾ ਆ ਉਹ ਹੈਗਾ ਬੂਹ ਪਿੰਡ ਦਾ, ਸਨ ਆਫ ਦੇਸ਼ ਰਾਜ, ਅਤੇ ਜਿਹੜਾ ਮਰਨ ਵਾਲਾ ਵਿਅਕਤੀ ਉਹ ਸੁਖਚੈਨ ਸਿੰਘ, ਸਨ ਆਫ ਸ਼ੱਬਾ ਸਿੰਘ ਵਾਸੀ ਮਹਿਦੀਪੁਰ। ਇਹ ਜਿਹਦਾ ਕਤਲ ਹੋਇਆ ਇਹ ਕੀ ਲੱਗਦਾ ਸੀਗਾ ਦੂਸਰੇ? ਇਹ ਹਰਮੇਸ਼ ਸਿੰਘ ਦਾ ਸਾਲਾ ਲੱਗਦਾ ਜੀ। ਕਿਹੜੇ ਭੱਠੇ ਦੇ ਸਰ ਹੋਇਆ? ਇਹ ਡੀ ਜੇ ਬ੍ਰਿਕਸ ਭੱਠਾ ਹੈ ਜੀ, ਆਸਲ ਉਤਾੜ ਪਿੰਡ ਵਿੱਚ, ਦੀਦਾਰ ਸਿੰਘ ਦਾ। ਕੋਈ ਕਾਰਵਾਈ ਹੋਈ ਸਰ? ਕਾਰਵਾਈ ਇਹਦੇ ਜਿਹੜਾ ਸ਼ੱਬਾ ਸਿੰਘ ਸਨ ਆਫ ਉਹਦਾ ਪਿਓ ਆ ਸੁਖਚੈਨ ਸਿੰਘ ਦਾ ਜੀ, ਉਹਦੇ ਬਿਆਨਾਂ 'ਤੇ ਇਹਦੇ 302 ਆਈ ਪੀ ਸੀ ਦੇ ਤਹਿਤ ਮੁਕੱਦਮਾ ਨੰਬਰ 49/20 ਜਿਹੜਾ ਥਾਣਾ ਜਾਂ ਬਟੋਆ ਵਿਖੇ ਦਰਜ ਕਰ ਲਿਆ ਗਿਆ। ਉਹ ਬੰਦੇ ਅਰੈਸਟ ਹੋਏ ਸਰ? ਉਹਨਾਂ ਨੇ ਛਾਪੇਮਾਰੀ ਜਾਰੀ। ਫਿਲਹਾਲ ਪੁਲਿਸ ਵੱਲੋਂ ਉਕਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਖੇਮਕਰਨ ਤੋਂ ਜਗਜੀਤ ਸਿੰਘ ਡੱਲ, ਦੈਨਿਕ ਸਵੇਰਾ ਟੀਵੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।